ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਨੂ ਗੋਤ ਦਾ ਇਤਿਹਾਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਗੋਤਾਂ ਦੀ ਜਾਣਕਾਰੀ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਰੂਰ ਸਾਂਝਾ ਕਰਨਾ ਪੰਨੂ ਇਸ ਗੋਤ ਦਾ ਮੋਢੀ ਪੰਨੂ ਸੀ ਇਹ ਸੂਰਜ ਵੰਸ਼ ਵਿੱਚੋਂ ਹਨ ਇਹ ਮੱਧ ਏਸ਼ੀਆ ਤੋਂ ਆਇਆ ਹੋਇਆ ਜੱਟਾਂ ਦਾ ਬਹੁਤ ਹੀ ਪੁਰਾਣਾ ਕਬੀਲਾ ਹੈ 800 ਪੂਰਬਾ ਈਸਵੀ ਜੱਟ ਭਾਈਚਾਰੇ ਦੇ ਲੋਕ ਕੈਪਸੀਅਨ ਸਾਗਰ ਤੋਂ ਲੈ ਕੇ ਸਿੰਧ ਅਤੇ ਮਲਤਾਨ ਤੱਕ ਫੈਲੇ ਹੋਏ ਸਨ ਜੱਟਾਂ ਨੂੰ ਬਾਹਲੀਕਾ ਕਿਹਾ ਜਾਂਦਾ ਸੀ ਕਿਉਂਕਿ ਇਹ ਵਾਹੀ ਕਰਦੇ ਸਨ ਅਤੇ ਪਸ਼ੂ ਪਾਲਦੇ ਸਨ ਹੁਣ ਵੀ ਜੱਟਾਂ ਦੇ ਕਈ ਗੋਤ ਮੱਧ ਏਸ਼ੀਆ ਪੱਛਮੀ ਏਸ਼ੀਆ ਤੇ ਯੂਰਪ ਆਦ ਦੇਸ਼ਾਂ ਦੇ ਕਈ ਲੋਕਾਂ ਨਾਲ ਰਲਦੇ ਮਿਲਦੇ ਹਨ ਪੰਨੂ ਪਾਈਚਾਰੇ ਦੇ ਬਹੁਤੇ ਲੋਕ ਅੰਮ੍ਰਿਤਸਰ ਗੁਰਦਾਸਪੁਰ ਲੁਧਿਆਣਾ ਤੇ ਸਿਆਲਕੋਟ ਦੇ ਖੇਤਰਾ ਵਿੱਚ ਵੀ ਵਸਦੇ ਹਨ ਅੰਮ੍ਰਿਤਸਰ ਦੀ ਤਹਿਸੀਲ ਤਰਨਤਾਰਨ ਵਿੱਚ ਪੰਨੂ ਗੋਤ ਦਾ ਬਹੁਤ ਹੀ ਉੱਗਾ ਪਿੰਡ ਮੋਗਲ ਚੱਕ ਪੰਨੂਆ ਹੈ ਬੰਦੇ ਬਹਾਦਰ ਤੇ ਮਹਾਰਾਜੇ ਰਣਜੀਤ ਸਿੰਘ ਦੇ ਸਮੇਂ ਹੀ ਬਹੁਤੇ ਜੱਟ ਜ਼ਮੀਨਾਂ ਦੇ ਮਾਲਕ ਬਣੇ ਪਹਿਲਾਂ ਬਹੁਤੀਆਂ ਜ਼ਮੀਨਾਂ ਦੇ ਮਾਲਕ ਹਿੰਦੂ ਚੌਧਰੀ ਜਾਂ ਮੁਸਲਮਾਨ ਜਾਗੀਰਦਾਰ ਸਨ ਅੰਮ੍ਰਿਤਸਰ ਦੇ ਇਲਾਕੇ ਵਿੱਚ ਪੰਨੂ ਗੋਤ ਦੇ 12 ਪਿੰਡ ਹਨ ਪੰਨੂਆ ਦੇ ਚੌਧਰੀ ਰਸੂਲ ਦੀ ਲੜਕੀ ਸਿਰਹਾਲੀ ਵਾਲੇ ਸੰਧੂਆਂ ਦੇ ਘਰ ਵਿਆਹੀ ਸੀ ਆਪਸ ਵਿੱਚ ਲੜਾਈ ਹੋਣ ਕਾਰਨ ਇਹਨਾਂ ਦਾ ਸਿਰਹਾਲੀ ਦੇ ਸੰਧੂਆਂ ਨਾਲ ਕਾਫੀ ਸਮੇਂ ਤੱਕ ਵੈਰ ਰਿਹਾ ਹੁਣ ਲੋਕ ਇਹ ਘਟਨਾ ਭੁੱਲ ਗਏ ਹਨ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਨੋ ਸ਼ਹਿਰਾ ਪੰਨੂਆ ਵੀ ਪੰਨੂ ਭਾਈਚਾਰੇ ਦਾ ਇੱਕ ਵੱਡਾ ਤੇ ਪ੍ਰਸਿੱਧ ਪਿੰਡ ਹੈ ਲੁਧਿਆਣਾ ਜ਼ਿਲ੍ਹੇ ਵਿੱਚ ਵੀ ਪੰਨੂ ਗੋਤ ਦੇ ਜੱਟ ਕਾਫੀ ਵਸਦੇ ਹਨ ਜੰਡੀ ਵੱਢਣ ਵਾਲੀ ਰਸਮ ਪੰਨੂਆਂ ਵਿੱਚ ਵੀ ਪ੍ਰਚਲਿਤ ਹੈ ਇਹ ਛਟੀਆਂ ਖੇਡਣ ਦੀ ਰਸਮ ਵੀ ਕਰਦੇ ਸਨ ਇਹ ਪੂਜਾ ਦਾ ਚੜਾਵਾ ਬ੍ਰਾਹਮਣ ਨੂੰ ਦਿੰਦੇ ਸਨ ਬਹੁਤੇ ਪੰਨੂ ਗੁਰੂ ਰਾਮ ਰਾਏ ਦੇ ਸੇਵਕ ਹਨ ਨਵੀਂ ਸੂਈ ਮੱਝ ਜਾਂ ਗਊ ਦਾ ਦੁੱਧ ਇਹ ਸਭ ਤੋਂ ਪਹਿਲੀ ਦਸਵੀਂ ਵਾਲੇ ਦਿਨ ਸਿੱਖਾਂ ਨੂੰ ਹੀ ਦਿੰਦੇ ਹਨ ਇਹ ਦੁੱਧ ਰਾਮ ਰਾਏ ਦੇ ਨਾਮ ਤੇ ਹੀ ਦਿੱਤਾ ਜਾਂਦਾ ਹੈ ਗੁਰੂ ਰਾਮ ਰਾਏ ਦਾ ਕੀਰਤਪੁਰ ਵਿੱਚ ਡੇਰਾ ਵੀ ਹੈ ਜਿੱਥੇ ਪੰਨੂ ਗੋਤ ਦੇ ਜੱਟ ਸੁੱਖਾਂ ਪੂਰੀਆਂ ਹੋਣ ਤੇ ਜਾਂਦੇ ਹਨ ਸਿੱਖ ਧਰਮ ਦੇ ਪ੍ਰਭਾਵ ਕਾਰਨ ਹੁਣ ਪੰਨੂ ਬਰਾਦਰੀ ਦੇ ਲੋਕ ਪੁਰਾਣੇ ਰਸਮ ਰਿਵਾਜ ਛੱਡ ਰਹੇ ਹਨ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਮਹਾਨ ਸਾਹਿਤਕਾਰ ਤੇ ਵਿਦਵਾਨ ਪੁਰਸ਼ ਹਨ ਦੁਨੀਆ ਦੀ ਪਹਿਲੀ ਕਿਤਾਬ ਰਿਗਵੇਦ ਪੰਜਾਬ ਵਿੱਚ ਹੀ ਲਿਖੀ ਗਈ ਸੀ ਪੰਜਾਬ ਨੂੰ ਸप्त ਸਿੰਧੂ अथवा ਵਾਹੀ ਇਕਵੀ ਕਹਿੰਦੇ ਸਨ ਮਾਝੇ ਦੇ ਇਲਾਕੇ ਵਿੱਚ ਨੁਸ਼ਹਿਰਾ ਪੰਨੂਆਂ ਤੋਂ ਉੱਠ ਕੇ ਕੁਝ ਪੰਨੂ ਮਾਲਵੇ ਦੇ ਪ੍ਰਸਿੱਧ ਪਿੰਡ ਘੱਗਾ ਜ਼ਿਲ੍ਹਾ ਪਟਿਆਲਾ ਵਿੱਚ ਕਾਫੀ ਸਮੇਂ ਤੋਂ ਆਬਾਦ ਹਨ ਇਸ ਪਿੰਡ ਵਿੱਚ ਹੁਣ 100 ਤੋਂ ਵੀ ਉੱਪਰ ਪੰਨੂਆਂ ਦੇ ਘਰ ਹਨ ਪ੍ਰਸਿੱਧ ਇਤਿਹਾਸਕਾਰ ਤੇ ਢਾਡੀ ਸੋਹਣ ਸਿੰਘ ਸ਼ੀਤਲ ਮਾਝੇ ਦੇ ਪੰਨੂ ਜੱਟ ਸਨ ਸਿਆਲਕੋਟ ਵਿੱਚ ਵੀ ਪੰਨੂਆਂ ਦੇ ਪੰਜ ਪਿੰਡ ਸਨ ਸੰਦਲਬਾਰ ਵਿੱਚ ਵੀ ਪੰਨੂ ਅਤੇ ਇੱਟਾਂ ਵਾਲੀ ਅਤੇ ਇੱਟਾਂ ਵਾਲੀ ਪੰਨੂ ਭਾਈਚਾਰੇ ਦੇ ਪਿੰਡ ਸਨ ਮੈਂਟ ਗੁਮਰੀ ਵਿੱਚ ਬਹੁਤੇ ਪੰਨੂ ਜੱਟ ਸਿੱਖ ਹਨ ਮੁਜ਼ਫਰਗੜ੍ਹ ਤੇ ਡੇਰਾ ਗਾਜ਼ੀ ਖਾਂ ਵਿੱਚ ਬਹੁਤੇ ਪੰਨੂ ਜੱਟ ਮੁਸਲਮਾਨ ਸਨ ਅੰਬਾਲਾ ਫਿਰੋਜ਼ਪੁਰ ਪਟਿਆਲਾ ਤੇ ਨਾਭਾ ਆਦਿ ਖੇਤਰਾਂ ਵਿੱਚ ਵੀ ਪੰਨੂ ਗੋਤ ਦੇ ਜੱਟ ਕਾਫੀ ਵਸਦੇ ਹਨ ਸਭ ਤੋਂ ਵੱਧ ਪੰਨੂ ਜੱਟ ਮਾਝੇ ਵਿੱਚ ਆਬਾਦ ਹਨ ਇਹ ਸਾਰੇ ਸਿੱਖ ਹਨ ਡਾਕਟਰ ਵੀ ਐਸ ਦਾਇਆ ਪੰਨੂ ਜੱਟਾਂ ਨੂੰ ਹੁਣਾਂ ਦੇ ਰਾਜੇ ਕੋਨੂ ਦੀ ਵੰਸ਼ ਵਿੱਚੋਂ ਮੰਨਦਾ ਹੈ ਇਹ ਵਿਚਾਰ ਗਲਤ ਪ੍ਰਤੀਤ ਹੁੰਦਾ ਹੈ ਕੁਝ ਇਤਿਹਾਸਕਾਰ ਪੰਨੂ ਜੱਟਾਂ ਨੂੰ ਆਲਖ ਬਰਾਦਰੀ ਵਿੱਚੋਂ ਸਮਝਦੇ ਹਨ ਤਨਿੱਚ ਆਲਖਾਂ ਤੇ ਪੰਨੂਆਂ ਦੋਵਾਂ ਦਾ ਵਡੇਰਾ ਸੀ ਆਲਖ ਵੀ ਪੰਨੂਆਂ ਵਾਂਗ ਸੂਰਜ ਵੰਸ਼ ਵਿੱਚੋਂ ਹਨ 1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਪੰਨੂ ਗੋਤ ਦੇ ਜੱਟਾਂ ਦੀ ਗਿਣਤੀ 9919 ਸੀ ਪੰਜਾਬ ਵਿੱਚੋਂ ਪੰਨੂ ਗੋਤ ਦੇ ਜੱਟ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਆਦ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ ਪੰਨੂ ਇੱਕ ਉੱਗਾ ਤੇ ਛੋਟਾ ਗੋਤ ਹੈ ਜੱਟਾਂ ਦੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਬਹੁਤ ਉਨਤੀ ਕੀਤੀ ਹੈ ਭਾਰਤ ਦੀਆਂ ਕਈ ਜਾਤੀਆਂ ਜੱਟਾਂ ਦੀ ਉਨਤੀ ਤੇ ਈਰਖਾ ਕਰਦੀਆਂ ਹਨ ਜੱਟ ਬਹੁਤ ਹੀ ਮਿਹਨਤੀ ਤੇ ਖੁੱਲ੍ਹ ਦਿਲੀ ਜਾਤੀ ਹੈ ਪੰਨੂ ਵੀ ਜੱਟਾਂ ਦਾ ਪ੍ਰਾਚੀਨ ਤੇ ਜਗਤ ਪ੍ਰਸਿੱਧ ਗੋਤ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਗੋਤਾਂ ਦੀ ਜਾਣਕਾਰੀ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੇ ਕਰਦੇ ਰਹਿਣਾ ਵਾਹਿਗੁਰਜੀ ਕਾ ਖਾਲਸਾ